ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹਿੱਸੇ ਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਬੇਸਿਕਾ ਰਹੀ ਸੇਤ ਮੰਤਰੀ ਅਤੇ ਆਸ਼ਾ ਵਰਕਰਾਂ ਦੀ ਮੀਟਿੰਗ ਨਹੀਂ ਮੰਨੀਆਂ ਸਾਰੀਆਂ ਮੰਗਾਂ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਡੀਐਮਐਫ ਅਤੇ ਆਸ਼ਾ ਵਰਕਰਾਂ ਦੀਆਂ ਹੋਰ ਜਥੇਬੰਦੀਆਂ ਦੀ ਸਿਹਤ ਮੰਤਰੀ ਅਤੇ ਉੱਚ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਵਿੱਚ ਕਈ ਮੰਗਾਂ ਪੂਰੀਆਂ ਨਾ ਹੋਣ ਦੇ ਕਾਰਨ ਮੀਟਿੰਗ ਬੇਸਿੱਟਾ ਰਹੀ ਮੰਗਾਂ ਦਾ ਹੱਲ ਨਾਲ ਹੋਣ ਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਆਗਮਣ ਨੇ ਕਿ ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਦੇ ਅਨੁਸਾਰ ਮੰਗਾਂ ਪੂਰੀਆਂ ਕਰਨ ਦੀ ਬਜਾਏ ਸਿਹਤ ਮੰਤਰੀ ਨੇ ਪਹਿਲਾਂ ਸਿਰਫ ਪਹਿਲਾਂ ਤੋਂ ਮਿਲਦੇ ਕੋਵਿਡ ਪੱਤੇ 2500 ਨੂੰ ਪੱਕੇ ਰੂਪ ਦੇ ਵਿੱਚ ਜਾਰੀ ਰੱਖਣ ਤੇ ਸਹਿਮਤੀ ਦਿੱਤੀ ਜਥੇਬੰਦੀਆਂ ਵੱਲੋਂ ਇਸ ਪੱਤੇ ਨੂੰ ਦੁੱਗਣਾ ਕਰਨ ਕਰਕੇ ਲਗਾਤਾਰ ਦੇਣ ਦੀ ਮੰਗ ਕੀਤੀ ਗਈ ਸੀ ਇਸੇ ਤਰ੍ਹਾਂ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਨੂੰ 3 ਮਹੀਨਿਆਂ ਦੀ ਪ੍ਰਸੂਤਾ ਛੁੱਟੀ ਦੇਣ ਤੇ ਵੀ ਸਹਿਮਤੀ ਦਿੱਤੀ ਗਈ ਆਸ਼ਰਾ ਵਰਕਰ 9000 ਰੁਪਏ ਦੀ ਲਾਗਤ ਨਾਲ ਦੋ ਗਰਮ ਅਤੇ ਸਰਦ ਵਰਦੀਆਂ ਦੀ ਦਾਇਗੀ ਦੇ ਹੁਕਮ ਜਾਰੀ ਕੀਤੇ ਗਏ ਝੋਨੇ ਦੀ ਫਸਲ ਅਤੇ ਗੋभी सੁੰਡੀ ਤੇ ਟਿੱਡੇ ਦਾ ਹਮਲਾ ਕਿਸਾਨ ਮਹਿੰਗੇ ਭਾਦਿਆਂ ਸਪਰੇਆ ਕਰਨ ਲਈ ਮਜਬੂਰ ਸਰਹੱਦੀ ਜ਼ਿਲ੍ਹਾ ਗਰਦਾਸਪੁਰ ਦੇ ਕਿਸਾਨਾਂ ਦੀ ਪ੍ਰਮੁੱਖ ਝੋਨੇ ਦੀ ਫਸਲ ਪੱਤਾ ਲਪੇਟ ਗੋਭ ਸੁੰਡੀ ਅਤੇ ਟਿੱਡੇ ਦਾ ਹਮਲਾ ਹੋਣ ਨਾਲ ਕਿਸਾਨਾਂ ਦੇ ਸਾਹ ਸੁੱਕ ਗਏ ਨੇ ਕਿਸਾਨ ਆਪਣੇ ਝੋਨੇ ਦੀ ਫਸਲ ਨੂੰ ਟਿੱਡੇ ਅਤੇ ਗੋਭੀ ਸੁੰਡੀ ਤੋਂ ਬਚਾਉਣ ਦੇ ਲਈ ਮਹਿੰਗੇ ਭਾਦਿਆਂ ਸਪਰੇਹਾਂ ਕਰਨ ਦੇ ਲਈ ਮਜਬੂਰ ਹਨ ਕਿਸਾਨਾਂ ਨੇ ਦੱਸਿਆ ਕਿ ਸਾਵਣ ਮਹੀਨੇ ਵਿੱਚ بارشਾਂ ਘੱਟ ਹੋਣ ਦੇ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਨੂੰ ਸਮੇਂ-ਸਮੇਂ ਤੇ ਪਾਣੀ ਦੀ ਸਿੰਚਾਈ ਕਰਕੇ ਝੋਨੇ ਦੀ ਫਸਲ ਪਰਮਲ ਬਾਸਮਤੀ ਫਸਲ ਨੂੰ ਸਖਤ ਮਿਹਨਤ ਕਰਕੇ ਪਾਲਿਆ ਉਹਨਾਂ ਨੇ ਦੱਸਿਆ ਸਮੇਂ ਦੌਰਾਨ ਜਦੋਂ ਝੋਨੇ ਦੀ ਫਸਲ ਗੱਭੇ ਤੇ ਆ ਤਾਂ ਜਦ ਕੇ ਪਤਲਪੇਟ ਗੋਭਸੂੰਡੀ ਟਿੱਡਾ ਝੋਨੇ ਦੇ ਕਸਬਿਆਂ ਨੂੰ ਰਸ ਚੂਸ ਰਿਹਾ ਹੈ ਜਿਸ ਕਾਰਨ ਫਸਲ ਕਮਜ਼ੋਰ ਹੁੰਦੀ ਹੈ ਉਹਨਾਂ ਨੇ ਕਿਹਾ ਜੀ ਇਹ ਹੀ ਮਹਿੰਗੇ ਪਾਦੀਆਂ ਸਪਰੇਆ ਕਰ ਰਹੇ ਆ ਪਰ ਸਰਕਾਰ ਦੇ ਵੱਲੋਂ ਕੋਈ ਵੀ ਜਿਹੜਾ ਹੱਲ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਮਜਬੂਰਾਂ ਤੇ ਸਰਕਾਰ ਸਾਨੂੰ ਬਾਅਦ ਵਿੱਚ ਮੁਆਵਜ਼ਾ ਵੀ ਨਹੀਂ ਦੇ ਰਹੀ ਪੱਠੇ ਕੁਤਰ ਰਹੇ ਨੌਜਵਾਨ ਦੀ கரੰਟ ਲੱਗਣ ਨਾਲ ਹੋਈ ਮੌਤ ਥਾਣਾ ਕੋਲਗੜੀ ਦੇ ਅਧੀਨ ਆਉਂਦੇ ਪਿੰਡ ਸ਼ੇਰਖਾਂ ਵਾਲਾ ਦੇ ਇੱਕ ਨੌਜਵਾਨ ਦੀ ਪੱਠੇ ਕੁਤਰਨ ਸਮੇਂ கரੰਟ ਲੱਗਣ ਨਾਲ ਮੌਤ ਹੋ ਗਈ ਆ ਸੋ ਐਸਆਈ ਕਰਮ ਸਿੰਘ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਪਤੀ ਬਲਵਿੰਦਰ ਸਿੰਘ ਕਿਸਾਨ ਜਗਦੀਪ ਸਿੰਘ ਪੁੱਤਰ ਰੂਤ ਸਿੰਘ ਵਾਸੀ ਸ਼ਿਰਕ ਦੇ ਨਾਲ ਮਿਹਨਤ ਮਜ਼ਦੂਰੀ ਕਰਦਾ ਸੀ ਜਦੋਂ ਉਹ ਹਵੇਲੀ ਵਿੱਚ ਪੱਠੇ ਕੁੱਤ ਰਿਹਾ ਸੀ ਜਿਸ ਨਾਲ ਉਸ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਦਰਾਹਾ ਪੁਲਿਸ ਨੇ ਫਰਜ਼ੀ ਪਟਵਾਰੀ ਕੀਤਾ ਗ੍ਰਿਫਤਾਰ ਹੁਣ ਤੱਕ ਕਈ ਲੋਕਾਂ ਨਾਲ ਕਰ ਚੁੱਕਿਆ ਠੱਗੀ ਦਰਾਹਾ ਪੁਲਿਸ ਨੇ ਇੱਕ ਫਰਜ਼ੀ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਉਕਤ ਵਿਅਕਤੀ ਖੁਦ ਨੂੰ ਕੇਂਦਰ ਸਰਕਾਰ ਦਾ ਪਟਵਾਰੀ ਦੱਸ ਕੇ ਲੋਕਾਂ ਨੂੰ ਗੈਸ ਪਾਈਪ ਲਾਈਨ ਲਈ ਜ਼ਮੀਨ ਇੱਕ ਵਾਰ ਹੋਣ ਤੋਂ ਬਚਾਉਣ ਦੀ ਗੱਲ ਆ ਕੇ ਠੱਗੀਆਂ ਮਾਰਦਾ ਸੀ ਉਕਤ ਵਿਅਕਤੀ ਤੋਂ ਹੁਣ ਤੱਕ ਰਾਜਪੁਰੇ ਤੋਂ ਦਰਾਹੇ ਤੱਕ ਕਈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਦੋਰਾਹਾ थाना ਮੁਖੀ ਨਿਸ਼ਾਤਰ ਸਿੰਘ ਨੇ ਦੱਸਿਆ ਕਿ ਪੁਲਿਸ ਮੱਖਣ ਸਿੰਘ ਵਾਸੀ ਪੈਰੋਮੁਨਾਂ ਦੀ ਸ਼ਿਕਾਇਤ ਦਰਜ ਕਰਵਾਈ ਕਿ ਮਨਜਿੰਦਰ ਗਰੇਵਾਲ ਵਾਸੀ ਖੰਨਾ ਨੇ ਉਸ ਨੂੰ ਫੋਨ ਕਰਕੇ ਦਰਾਹਾ ਦੇ ਵਿੱਚ ਉਹਨਾਂ ਦੇ ਪਲਾਂਟ ਵਿੱਚੋਂ ਕੁਝ ਹਿੱਸੇ ਚੋਂ ਪਾਈਪਲਾਈਨ ਕਾਰਨਕਵਰ ਕੀਤਾ ਜਾਣਾ ਬਚਾਉਣ ਦੇ ਲਈ ਉਸ ਨੂੰ ਮਿਲੋ ਬੀਬੀ ਬਾਦਲ ਅਤੇ ਸਿੱਧੂ ਦੀਆਂ ਜਨ ਸਭਾਵਾਂ ਦੀਆਂ ਤਿਆਰੀਆਂ ਸਬੰਧੀ ਅਕਾਲੀ ਬਸਪਾ ਆਗਵਾ ਦੀ ਹੋਈ ਮੀਟਿੰਗ ਵੱਡੀ ਖਬਰ ਹੈ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਦਾ ਕੇਂਦਰੀ ਮੰਤਰੀ ਨੇ 24 ਅਗਸਤ ਦੇ ਤਲਵੰਡੀ ਸਾਬੋ ਦੌਰੇ ਅਤੇ 25 ਅਗਸਤ ਨੂੰ ਅਕਾਲੀ ਦਲ ਅਤੇ ਬਸਪਾ ਦੇ ਤਲਵੰਡੀ ਸਾਬੋ ਹਲਕੇ ਤੋਂ ਸਾਂਝੇ ਉਮੀਦਵਾਰ ਐਲਾਨੇ ਜਾ ਚੁੱਕੇ ਜੀਤ ਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਕੀਤੀਆਂ ਜਾਣ ਵਾਲੀਆਂ ਜਨ ਸਭਾਵਾਂ ਦੀ ਤਿਆਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬੋਧਨ ਸਮਾਜ ਪਾਰਟੀ ਦੇ ਆਗੂਆਂ ਦੇ ਨਾਲ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਬੀਬੀ ਬਾਤਲ ਦੇ ਦੌਰੇ ਅਤੇ ਸਾਬਕਾ ਵਿਧਾਇਕ ਸਿੱਧੂ ਵੱਲੋਂ ਕੀਤੀਆਂ ਜਾਣ ਵਾਲੀਆਂ ਜਨ ਸੰਭਾਵਾਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤੇ ਅਕਾਲੀ ਬਸਪਾ ਆਗੂਆਂ ਨੇ ਇਸ ਮੌਕੇ ਪ੍ਰਣ ਲਿਆ ਕਿ ਇਸ ਹਲਕੇ ਤੋਂ ਸਾਂਝੇ ਉਮੀਦਵਾਰ ਐਲਾਨੇ ਗਏ ਵਿਧਾਇਕ ਸਿੱਧੂ ਦੀ ਸਮੁੱਚੇ ਸੂਬੇ ਵਿੱਚ ਰਿਕਾਰਡਡ ਜਿੱਤ ਦੇ ਲਈ ਹੁਣ ਤੋਂ ਹੀ ਦਿਨ ਰਾਤ ਮਿਹਨਤ ਕਰਨਗੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿੱਚ ਸਾਂਝਾ ਮੁਲਾਜ਼ਮ ਫਰੰਟ ਪੈਨਸ਼ਨਰਜ਼ ਅਤੇ ਯੂਟੀ ਵੱਲੋਂ ਕੱਢੀ ਗਈ ਮੋਟਰਸਾਈਕਲ ਰੈਲੀ ਅੱਜ ਸਾਂਝਾ ਮੁਲਾਜ਼ਮ ਮੰਚ ਪੈਨਸ਼ਨਰ ਅਤੇ ਯੂਟੀ ਵੱਲੋਂ ਦਿੱਤੇ ਸੱਦੇ ਤੇ ਮੋਟਰਸਾਈਕਲ ਰੈਲੀ ਗੁਰਨਾਮ ਸਿੰਘ ਸੈਣੀ ਨਰੇਸ਼ ਕੁਮਾਰ ਵਿਸ਼ਾਲ ਵੀਰ ਪ੍ਰਿੰਕਾ ਠਾਕੁਰ ਰਜਿੰਦਰ ਧਮਾਨ ਦੀ ਅਗਵਾਈ ਵਿੱਚ ਸ਼ਿਮਲਾ ਪਹਾੜੀ ਪਠਾਨਕੋੜ ਤੱਕ ਕੱਢੀ ਗਈ ਇੱਕ ਜਲੂਸ ਦੀ ਸ਼ਕਲ ਵਿੱਚ ਜਾ ਕੇ ਵਿਧਾਇਕ ਪਠਾਨ ਕੋਟਾਮਿਤ ਵਜਨ ਨੂੰ ਮੁੱਖ ਮੰਤਰੀ ਦੇ ਨਾਮ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਜਿਹੜਾ ਮੰਗ ਪੱਤਰ ਸੌਂਪਿਆ ਗਿਆ ਵਿਧਾਇਕ ਬੈਂਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਐਨਓਐਸ ਦੀ ਸ਼ਰਤ ਖਤਮ ਕਰਨ ਦੀ ਕੀਤੀ ਮੰਗ ਵਿਧਾਇਕ ਸਿਮਰਜੀਤ ਬੈਂਸ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਰਜਿਸਟਰੀ ਕਰਵਾਉਣ ਮੌਕੇ ਐਨਓਸੀ ਦੀ ਸ਼ਰਤ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਬੈਂਸ ਨੇ ਕਿਹਾ ਕਿ ਮਹਾਮਾਰੀ ਕਾਰਨ ਪਿਛਲੇ ਲੰਬੇ ਸਮੇਂ ਤੋਂ ਦੇਸ਼ ਚੋਂ ਤਰ੍ਹਾਂ-ਤਰ੍ਹਾਂ ਦੀ ਹੋਈ ਪਈਆ ਤੇ ਪ੍ਰਾਪਰਟੀ ਦਾ ਕੰਮ ਕਰ ਪਹਿਲਾਂ ਹੀ ਤਬਾਹ ਹੋਣ ਦੀ ਕਗਾਰ ਤੇ ਆ ਜੋ ਪ੍ਰਾਪਰਟੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਡ ਪਾਲਦੇ ਸੀ ਉਹਨਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋਇਆ ਪਿਆ ਸਰਕਾਰ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ਅਨ ਰਜਿਸਟਰਡ ਕਲੋਨੀਆਂ ਨੂੰ ਪਲਾਨਟ ਰਜਿਸਟਰੀ ਕਰਵਾਉਣ ਦੇ ਲਈ ਐਨਓਸੀ ਲਾਜ਼ਮੀ ਹੈ ਸੋ ਫੈਸਲਾ ਆਪ ਲੋਕਾਂ ਦੇ ਲਈ ਜੀਤਾ ਜੰਜਾਲ ਬਣਿਆ ਹੈ ਜਿਹੜੇ ਪ੍ਰਾਪਰਟੀ ਕਾਰੋਬਾਰ ਦੇ ਨਾਲ ਜੁੜੇ ਹਨ ਕਾਫੀ ਨਿਰਾਸ਼ ਹੋਏ ਪੈ ਨੇ ਬੈਂਸ ਨੇ ਕਿਹਾ ਕਿ ਜਿੱਤੇ ਤਹਿਸੀਲਾਂ ਵਿੱਚ ਪਹਿਲਾਂ ਇੰਨੀ ਰਿਸ਼ਵਤਖੋਰੀ ਉੱਥੇ ਇਸ ਦੇ ਨਾਲ ਹੋਰ ਫਿਰ ਵਾਦਾ ਹੋ ਜਾਵੇਗਾ ਮੋਦੀ ਸਰਕਾਰ ਦੀ ਵੱਡੀ ਪ੍ਰਾਪਤੀ ਆਯੂਸ਼ਮਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਗਿਣਤੀ ਆ ਜਿਹੜੀ ਉਹ 2 ਕਰੋੜ ਤੱਕ ਪਹੁੰਚ ਚੁੱਕੀ ਆ ਮੋਦੀ ਸਰਕਾਰ ਨੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ 2 ਕਰੋੜ ਲੋਕਾਂ ਦਾ ਇਲਾਜ ਪੂਰਾ ਕਰਨ ਦੀ ਪ੍ਰਾਪਤੀ ਹਾਸਲ ਕੀਤੀ ਹੈ ਸਿਹਤ ਮੰਤਰਾਲੇ ਨੇ ਦਾਵਾ ਹੈ ਕਿ ਗਰੀਬ ਲੋਕਾਂ ਨੂੰ ਇਸ ਯੋਜਨਾ ਦੇ ਹੁਣ ਤੱਕ 25 ਕਰੋੜ ਰੁਪਏ ਤੋਂ ਵੱਧ ਦਾ ਲਾਭ ਹੋਇਆ ਹੈ ਦੇਸ਼ ਦੇ ਸਿਹਤ ਮੰਤਰੀ ਮਨੁੱਖ ਸੁਖ ਮੰਡਾਵੀਆਂ ਨੇ ਬੁੱਧਵਾਰ ਨੂੰ ਇਸ ਯੋਜਨਾ ਦੇ ਤਹਿਤ 2 ਕਰੋੜ ਦੇ ਇਲਾਜ ਨੂੰ ਪੂਰਾ ਕਰਨ ਦੀ ਪ੍ਰਾਪਤੀ ਮੌਕੇ ਕਿਹਾ ਕਿ ਇਹ ਉਹੀ ਲੋਕ ਨੇ ਜੋ ਗਰੀਬੀ ਕਾਰਨ ਆਪਣਾ ਇਲਾਜ ਸਹੀ ਢੰਗ ਨਾਲ ਕਰਵਾਉਣ ਤੋਂ ਅਸਮਰੱਥ ਹਨ ਹਸਪਤਾਲ ਵਿੱਚ ਦਾਖਲ ਹੋ ਕੇ ਇਸ ਯੋਜਨਾ ਦੀ ਇਹ ਇਲਾਜ ਕਰਵਾਉਣ ਵਾਲੇ 2 ਕਰੋੜ ਲੋਕਾਂ ਦੇ ਵਿੱਚ ਬਹੁਤ ਸਾਰੇ ਲੋਕ ਅਜੇ ਹੀ ਰੋਗਾਂ ਦਾ ਸਾਹਮਣਾ ਕਰ ਰਹੇ ਹਨ ਜੋ ਉਹਨਾਂ ਦੀ ਜਾਨ ਵੀ ਲੈ ਸਕਦੇ ਨੇ ਇਸ ਸਕੀਮ ਨੇ ਬਹੁਤ ਸਾਰੇ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਕੰਮ ਕੀਤਾ ਹੈ। ਸਿਹਤ ਮੰਤਰੀ ਨੇ ਵੀ ਇਸ ਮੌਕੇ ਵੱਡੀਆਂ ਗੱਲਾਂ ਕਹੀਆਂ ਤੇ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ ਸੋ ਇਹ ਵੀ ਉਹਨਾਂ ਨੇ ਕਿਹਾ। ਭਾਜਪਾ ਲੀਡਰਾਂ ਦੇ ਖੂਨ ਨਾਲ ਰੰਗੀ ਕੇਸਰ ਦੀ ਘਾਟੀ ਹੁਣ ਤੱਕ 23 ਅਗਵਾ ਤਾਂ ਕਤਲ ਸੋ ਵੱਡੀ ਖਬਰ ਹੈ। ਇਹਨੂੰ ਕਹਿੰਦੇ ਆ ਵੱਡੀ ਖਬਰ ਦੋਸਤੋ। ਜੇਕਰ ਤੁਸੀਂ ਇਸ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਪਿਛਲੇ 2 ਸਾਲਾਂ ਵਿੱਚ ਜੰਮੂ ਕਸ਼ਮੀਰ ਦੇ ਵੱਖ-ਵੱਖ ਅੱਤਵਾਦੀ ਹਮਲਿਆਂ ਵਿੱਚ ਘੱਟੋ-ਘੱਟ 23 ਭਾਜਪਾ ਵਰਕਰ ਮਾਰੇ ਗਏ ਨੇ ਅੱਤਵਾਦੀਆਂ ਨੇ 94 ਤੌਰ ਤੇ ਭਾਜਪਾ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਅੱਤਵਾਦੀਆਂ ਨੇ 4 ਮਹੀਨਿਆਂ ਵਿੱਚ ਕਸ਼ਮੀਰ ਘਾਟੀ ਵਿੱਚ ਭਾਜਪਾ ਦੇ 9 ਨੇਤਾਵਾਂ ਤੇ ਵਰਕਰਾਂ ਨੂੰ ਮਾਰ ਦਿੱਤਾ ਭਾਜਪਾ ਦੇ ਬੁਲਾਰੇ ਅਫ ਅਲਫਾਤ ਠਾਕਰ ਅਨੁਸਾਰ ਪਿਛਲੇ 2 ਸਾਲਾਂ ਵਿੱਚ ਜੰਮੂ ਕਸ਼ਮੀਰ ਦੇ ਵੱਖ-ਵੱਖ ਹਮਲਿਆਂ ਦੇ ਵਿੱਚ ਕੁਝ ਸੀਨੀਅਰ ਨੇਤਾਵਾਂ ਦੇ ਸਮੇਤ ਪਾਰਟੀ ਦੇ 23 ਵਰਕਰ ਮਾਰੇ ਗਏ ਹਨ ਇਨ੍ਹਾਂ ਵਿੱਚੋਂ ਬੀਤੇ 1 ਸਾਲ ਦੇ ਦੌਰਾਨ ਇਕੱਲੇ ਗੁੱਲਗਾਮ ਜ਼ਿਲ੍ਹੇ ਦੇ ਵਿੱਚ 9 ਭਾਜਪਾ ਵਰਕਰਾਂ ਦੀ ਹੱਤਿਆ ਕੀਤੀ ਗਈ ਹੈ ਪਿਛਲੇ 10 ਦਿਨਾਂ ਵਿੱਚ ਭਾਜਪਾ ਵਰਕਰਾਂ ਤੇ ਨੇਤਾਵਾਂ ਦੇ 3 ਵੱਖ-ਵੱਖ ਹਮਲਿਆਂ ਵਿੱਚ ਇੱਕ ਭਾਜਪਾ ਨੇਤਾ ਦੇ ਨੰਬਾਲ ਕਪੂਤਰ ਸਮੇਤ 4 ਲੋਕ ਮਾਰੇ ਗਏ ਹਨ ਤਾਜ਼ਾ ਘਟਨਾ 17 ਅਗਸਤ ਨੂੰ ਹੋਈ ਹੈ ਜਦੋਂ ਭਾਜਪਾ ਦੇ ਹਲਕਾ ਇੰਚਾਰਜ ਜਵੇਦ ਅਹਿਮਦ ਡਾਰ ਨੂੰ ਕੁੱਲ ਗਾਮ ਦੇ ਬਰਜੂਲ ਚੋਅਤਵਾਦੀਆਂ ਨੇ ਗੋਲੀ ਮਾਰ ਦਿੱਤੀ 12 ਅਗਸਤ 9 ਅਗਸਤ 2 ਜੂਨ 30 ਅਕਤੂਬਰ 23 ਸਤੰਬਰ 9 ਅਗਸਤ 6 ਅਗਸਤ ਨੂੰ ਇਹ ਭਾਜਪਾ ਦੇ ਲੀਡਰਾਂ ਨੂੰ ਗੋਲੀਆਂ ਮਾਰੀਆਂ ਗਈਆਂ YouTube ਨੇ ਤਾਲਿਬਾਨ ਦੇ ਨਾਲ ਜੁੜੇ ਚੈਨਲਾਂ ਨੂੰ ਕੀਤਾ ਬੰਦ ਜਾਪਾਨ ਨੇ ਵੀ ਆਪਣੇ ਦੂਤਕਰਨ ਦੇ ਲਾਏ ਤਾਲੇ ਅਮਰੀਕਾ ਸਮਰਥਨ ਅਫਗਾਨ ਸਰਕਾਰ ਦੇ ਡਿੱਗਣ ਤੋਂ ਬਾਅਦ ਤਾਲਿਬਾਨ ਨੇ ਪਾਕਿਸਤਾਨ ਸੱਤਾ ਤੇ ਕਬਜ਼ਾ ਕਰ ਲਿਆ ਰਾਸ਼ਟਰਪਤੀ ਗਣੀ ਦੇ ਦੇਸ਼ ਛੱਡਣ ਤੋਂ ਬਾਅਦ ਇਸ ਤੋਂ ਬਾਅਦ ਕਾਬੁਲ ਨੇ ਆਪਣੀ ਪਹਿਲੀ ਨਿਊਜ਼ ਕਾਨਫਰੰਸ 'ਚ ਤਾਲਿਬਾਨ ਦੇ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕਰਨਾ ਤੇ ਹੋਰ ਦੇਸ਼ਾਂ ਵੱਲੋਂ ਵਧੀਆ ਸਬੰਧਾਂ ਦੀ ਤਲਾਸ਼ ਕਰਨ ਤੇ ਅਫਗਾਨ ਫੌਜ ਦੇ ਸਾਬਕਾ ਮੈਂਬਰਾਂ ਤੋਂ ਬਦਲਾ ਨਹੀਂ ਲੈਣ ਦਾ ਦਾਅਵਾ ਕੀਤਾ ਇਸ ਵਿੱਚਕਾਰ ਅਮਰੀਕਾ ਨੇ ਹੁਣ ਕਾਬੁਲ ਤੋਂ 3200 ਤੋਂ ਜ਼ਿਆਦਾ ਲੋਕਾਂ ਨੂੰ ਕੱਢ ਲਿਆ ਤੇ ਕੱਲ 1100 ਲੋਕਾਂ ਨੂੰ ਹੀ ਬਾਹਰ ਕੱਢਾ ਦਿੱਤਾ ਗਿਆ ਯੂਟਿਊਬਰ ਤੇ ਤਾਲਿਬਾਨ ਨਾਲ ਸਬੰਧਤ ਸਾਰੇ ਅਕਾਊਂਟ ਬੰਦ ਕਰ ਦਿੱਤੇ ਗਏ ਹਨ ਜਾਪਾਨ ਨੇ ਆਪਣਾ ਦੂਤਕਰ ਵੀ ਬੰਦ ਕਰ ਦਿੱਤਾ ਜਾਪਾਨ ਦੇ ਪ੍ਰਮੁੱਖ ਬੁਲਾਰੇ ਨੇ ਕਿਹਾ ਆਫ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਅਤਵਾਦੀਆਂ ਦਾ ਕਬਜ਼ਾ ਹੋਣ ਤੋਂ ਬਾਅਦ ਜਾਪਾਨ ਅਜੇ ਵੀ ਅਫਗਾਨਿਸਤਾਨ ਦੇ ਆਪਣੇ ਨਾਗਰਿਕਾਂ ਦੀ ਛੋਟੀ ਗਿਣਤੀ ਦੇ ਨਾਲ ਸੰਪਰਕ ਵਿੱਚ ਹਨ ਤੇ ਨਾਲ ਹੀ ਉਹਨਾਂ ਦੀ ਸੁਰੱਖਿਆ ਕਰਨ ਦੀ ਮੰਗ ਕਰ ਰਿਹਾ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਤਾਲਿਬਾਨ ਦੇ ਨਿਯੰਤਰਣ ਚੋਂ ਆਉਣ ਤੋਂ ਬਾਅਦ ਵਿਗੜੀ ਸੁਰੱਖਿਆ ਸਥਿਤੀ ਦੇ ਵਿਚਕਾਰ ਜਾਪਾਨ ਨੇ ਇਥੋਂ ਆਪਣੇ ਦੂਤਕਰਬੰਦ ਕਰ ਦਿੱਤੇ ਨੇ ਤੇ ਆਖਰੀ 12 ਕਰਮਚਾਰੀਆਂ ਨੂੰ ਵੀ ਕੱਢ ਲਿਆ ਪੰਜਾਬ ਸਰਕਾਰ ਵੱਲੋਂ ਖੇਤੀ ਮਜ਼ਦੂਰਾਂ ਤੇ ਬੇਜ਼ਮੀਨੇ ਕਾਸ਼ਤਕਾਰਾਂ ਦਾ ਕਰਜ਼ਾ ਮਾਫੀ ਇਤਿਹਾਸਕ ਕਦਮ ਅਰੋੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੁਭਾਵਾਂ ਦੇ 285300 25 ਮੈਂਬਰਾਂ ਦਾ ਲਗਭਗ 520 ਕਰੋੜ ਦਾ ਕਰਜ਼ਾ ਮਾਫ ਕੀਤਾ ਜ਼ਿਲ੍ਹਾ ਹੁਸ਼ਿਆਰਪੁਰ ਦੇ 46565 ਲਾਭਪਾਤਰੀਆਂ ਦਾ 104 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਮਾਫ ਹੋਵੇਗਾ ਅਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਰੂੜਾ ਨੇ ਪੰਜਾਬ ਸਰਕਾਰ ਦੇ ਵੱਲੋਂ ਖੇਤੀ ਮਜ਼ਦੂਰ ਅਤੇ ਬੇਜ਼ਮੀਨੇ ਖੇਤ ਕਾਮਿਆਂ ਲਈ ਕਰਜ਼ਾ ਰਾਹਤ ਸਕੀਮ ਤਹਿਤ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੁਭਾਵਾਂ ਦੇ 2 ਲੱਖ 85325 ਮੈਂਬਰਾਂ ਦੇ 520 ਕਰੋੜ ਦੇ ਕਰਜ਼ੇ ਮਾਫ਼ ਕਰਨ ਦਾ ਐਲਾਨ ਕੀਤਾ ਹੈ। ਇਹ ਰਾਹਤ ਦੇ ਨਾਲ ਪਰਿਵਾਰਾਂ ਨੂੰ ਵੱਡਾ ਫਾਇਦਾ ਹੋਵੇਗਾ। ਉਹਨਾਂ ਨੇ ਦੱਸਿਆ ਕਿ ਉਪਰਾਲੇ ਤਹਿਤ ਹੁਸ਼ਿਆਰਪੁਰ ਦੇ 46565 ਪਰਿਵਾਰਾਂ ਦੇ ਜਿਹੜੇ ਮੈਂਬਰਾਂ ਦੇ ਕਰਜ਼ੇ ਮਾਫ਼ ਹੋਣਗੇ ਵਿਕ ਦੇ ਵਿੱਚ ਨਵਾਂ ਕਰਜ਼ਾ ਲੈਣ ਦੇ ਸਮਰੱਥ ਉਹਨਾਂ ਨੂੰ ਬਣਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ 2019 ਚ ਸ਼ੁਰੂ ਕੀਤੀ ਇਸ ਸਕੀਮ ਨੂੰ ਅੱਗੇ ਵਧਾਉਂਦਿਆਂ 2.85 ਲੱਖ ਤੋਂ ਵੱਧ ਲਾਭਪਾਤਰੀਆਂ ਦੇ ਕਰਜ਼ੇ ਮਾਫੀ ਦਾ ਐਲਾਨ ਕੀਤਾ ਗਿਆ ਸਾਲ 2022 ਚ 80 ਸੀਟਾਂ ਜਿੱਤ ਕੇ ਮੁੜ ਕਾਂਗਰਸ ਦੀ ਸਰਕਾਰ ਬਣਾਵਾਂਗੇ ਨਾਗਰਾ ਕਾਂਗਰਸ ਦੇ ਲੀਡਰ ਕੁਲਜੀਤ ਨਾਗਰਾ ਦੀ ਵੀਡੀਓ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਬਾਰੇ ਗਿਆ ਉਹਨਾਂ ਨੇ ਵਿਰੋਧੀ ਧਿਰ ਦੇ ਪੱਖ 'ਚੂ ਬੋਲਣ ਵਾਲੀ ਕੋਈ ਗੱਲ ਨਹੀਂ ਕੇਵਲ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਝੂਠ ਬੋਲ ਕੇ ਟਾਈਮ ਪਾਸ ਕਰ ਰਹੇ ਨੇ ਸੁਖਬੀਰ ਬਾਦਲ 2022 ਦੀਆਂ ਚੋਣਾਂ ਬਾਰੇ ਕਹਿ ਰਹੇ ਹਨ ਕਿ ਸਾਡੀ ਸਰਕਾਰ ਬਣੇਗੀ ਤੇ 100 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਨਾਗਰਾਨ ਨੇ ਕਿਹਾ ਕਿ ਬਾਦਲ ਕਹਿ ਰਹੇ ਹਨ ਕਿ ਅਸੀਂ ਕਾਂਗਰਸ ਦੇ ਪ੍ਰੋਸਟ ਲੀਡਰਾਂ ਦੀ ਲਿਸਟ ਤਿਆਰ ਕਰ ਰਹੇ ਹਾਂ ਅਸੀਂ ਲੋਕ ਜਾ ਕੇ ਉਹਨਾਂ ਨੂੰ ਜਾਗਰ ਕਰਾਂਗੇ ਕਾਂਗਰਸ ਕਿਵੇਂ ਲੁੱਟ ਕਰ ਰਹੀ ਉਹਨਾਂ ਨੇ ਕਿਹਾ ਸੁਖਬੀਰ ਬਾਦਲ ਅਤੇ ਵਿਕਰਮ ਮੱਜੀਠੀਆ ਨੇ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਇਸ ਕਰਕੇ ਲੋਕ ਅਕਾਲੀਆਂ ਨੂੰ ਭਜਾ ਦੇਣਗੇ ਨਾਗਰਾਨ ਕਿਹਾ ਕਿ ਮੁੜ ਪੰਜਾਬ ਤੇ ਕਾਂਗਰਸ ਦੀ ਸਰਕਾਰ ਬਣੇਗੀ ਤੇ ਅਸੀਂ 80 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਕਸ਼ਮੀਰ ਮੁੱਦੇ ਤੇ ਖੁਦ ਸਪਸ਼ਟੀਕਰਨ ਦੇ ਨਵਜੋਤ ਸਿੱਧੂ ਜਰਨੈਲ ਸਿੰਘ ਆਮ ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਸਿੱਧੂ ਆਪਣੇ ਇੱਕ ਅਧਿਕਾਰਤ ਸਲਾਹਕਾਰ ਵੱਲੋਂ ਕਸ਼ਮੀਰ ਬਾਰੇ ਕੀਤੀ ਟਿੱਪਣੀ ਤੇ ਆਪਣਾ ਸਟੈਂਡ ਸਪਸ਼ਟ ਕਰਨ ਜਰਨੈਲ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ ਅਹੀਂ ਪ੍ਰਤੀਕਿਰਿਆ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਦਿੱਤੀ ਇੱਥੇ ਪਾਰਟੀ ਦਫ਼ਤਰ ਦੇ ਵਿਧਾਇਕ ਕਲਵੰਤ ਸਿੰਘ ਬੰਡੋਰੀ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸੜ ਤੇ ਚੰਡੀਗੜ੍ਹ ਦੇ ਸਾਬਕਾ ਮੇਰ ਅਤੇ ਆਪਾਗੂ ਪ੍ਰਦੀਪ ਛਾਪੜਾ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਪ੍ਰੇਮ ਗਰਗ ਆਦ ਦੇ ਨਾਲ ਹਾਜ਼ਰ ਸਨ 6 ਮਹੀਨੇ ਬਾਅਦ ਨਿਊਜ਼ੀਲੈਂਡ ਦੇ ਵਿੱਚ ਮਿਲਿਆ ਕਰੋਨਾ ਦਾ ਕੇਸ ਪੂਰੇ ਦੇਸ਼ ਦੇ ਵਿੱਚ 3 ਦਿਨਾਂ ਦਾ ਅਚਾਨਕ ਲੋਕਡਾਊਨ ਸੋ ਇਹ ਵੀ ਵੱਡੀ ਖਬਰ ਦੋਸਤੋ ਸਾਹਮਣੇ ਨਿਊਜ਼ੀਲੈਂਡ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਬਹੁਤ ਲੰਬੇ ਸਮੇਂ ਤੇ ਬਾਅਦ ਯਾਨੀ ਕਿ ਘੱਟੋ-ਘੱਟ 6 ਮਹੀਨਿਆਂ ਦੇ ਬਾਅਦ ਕਰੋਨਾ ਦਾ ਇੱਕ ਸਕਾਰਾਤਮਕ ਕੇਸ ਪਾਇਆ ਗਿਆ ਜਿਸ ਤੋਂ ਬਾਅਦ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪੂਰੇ ਦੇਸ਼ ਵਿੱਚ ਤਾਲਾਬੰਦੀ ਲਾਗੂ ਕਰ ਦਿੱਤੀ ਸਮਾਚਾਰ ਏਜੰਸੀ ਰਾਈ ਟੈਰਸ ਦੇ ਅਨੁਸਾਰ ਆਕਲੈਂਡ ਦੇ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਕੋਵਿਡ-19 ਟੈਸਟ ਰਿਪੋਰਟ ਪੋਜ਼ਿਟਿਵ ਆਈ ਸਿਹਤ ਮੰਤਰਾਲੇ ਨੂੰ ਦੱਸਿਆ ਕਿ ਜਿਹੜਾ ਵਿਅਕਤੀ ਪੋਜ਼ਿਟਿਵ ਪਾਇਆ ਗਿਆ ਉਸ ਵਿੱਚ ਡੈਲਟਾ ਰੂਪ ਦੇ ਲੱਛਣ ਹਨ ਇਹ ਇਸ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਇਸ ਲਈ ਆਕਲੈਂਡ ਵਿੱਚ ਇੱਕ ਹਫ਼ਤੇ ਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ 3 ਦਿਨਾਂ ਦੀ ਤਾਲਾਬੰਦੀ ਲਾ ਦਿੱਤੀ ਹੈ ਅਸ਼ਫਰ ਅਸ਼ਰਫ ਗਣੀ ਦੇ ਸਮਰਥਨ ਚ ਆਏ ਭਾਜਪਾ ਸੰਸਦ ਮੈਂਬਰ ਸੂਬਰਾਮਨੀਅਮ ਸੁਆਮੀ ਅਫਗਾਨਿਸਤਾਨ ਦੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਹੀ ਰਾਸ਼ਟਰਪਤੀ ਅਸ਼ਰਫ ਗਣੀ ਨੇ ਦੇਸ਼ ਛੱਡ ਕੇ ਭੱਜ ਗਏ ਮੀਡੀਆ ਰਿਪੋਰਟਾਂ ਅਨੁਸਾਰ ਉਹਨਾਂ ਦੇ ਭੱਜਣ ਤੋਂ ਬਾਅਦ ਕਈ ਦੇਸ਼ਾਂ ਦੇ ਨਾਲ ਸੰਪਰਕ ਕੀਤਾ ਪਰ ਕਿਸੇ ਨੇ ਉਹਨਾਂ ਨੂੰ ਸ਼ਰਨ ਨਹੀਂ ਦਿੱਤੀ ਬਿੱਤੇ ਦੇ ਨਹੀਂ ਸਾਹਮਣੇ ਆਈਆਂ ਖਬਰਾਂ ਦੇ ਅਨੁਸਾਰ ਅਸ਼ਰਫ ਗਣੀ ਨੂੰ ਸੰਯੁਕਤ ਅਰਬ ਅਮੀਰਾਤ ਯਾਨੀ ਕਿ ਦੁਬਈ ਨੇ ਸ਼ਰਨ ਦਿੱਤੀ ਇਸੇ ਤਰ੍ਹਾਂ ਭਾਜਪਾ ਸੰਸਦ ਮੈਂਬਰ ਸੁਬਰਾ ਮਨੀਮ ਸੁਆਮੀ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਅਸ਼ਰਫ ਗਾਨੀ ਨੂੰ ਸ਼ਰਨ ਦੇਣੀ ਚਾਹੀਦੀ ਸੀ ਉਹਨਾਂ ਨੇ ਟਵੀਟ ਕੀਤਾ ਭਾਰਤ ਨੂੰ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਅਸ਼ਰਫ ਗਾਨੀ ਨੂੰ ਇੱਥੇ ਰਹਿਣ ਦਾ ਸੱਦਾ ਦੇਣਾ ਚਾਹੀਦਾ ਸੀ ਉਹ ਕਾਫੀ ਪੜੇ ਲਿਖੇ ਨੇ ਜਦੋਂ ਤਾਲਿਬਾਨ ਅਮਰੀਕਾ ਦੇ ਬਣਾਏ ਆਦੁਨਿਕ ਹਥਿਆਰਾਂ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਘੁਸਪੈਠ ਕਰੇਗਾ ਤਾਂ ਉਹ ਭਾਰਤ ਦੇ ਉਪਵਿਖ ਚ ਉਪਰਵਾਸੀ ਅਫਗਾਨ ਸਰਕਾਰ ਬਣਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਪੰਜਾਬ ਸਰਕਾਰ ਨੇ ਦਿੱਤੀ ਗੰਨੇ ਦੀਆਂ ਕੀਮਤਾਂ 'ਚ ਵਾਧੇ ਦੀ ਪ੍ਰਵਾਨਗੀ ਸੂਬੇ ਦੇ ਗੰਨਾ ਕਾਸ਼ਤਕਾਰਾਂ ਦੀਆਂ ਹਿੱਤਾਂ ਦੀ ਸੁਰੱਖਿਆ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਅੱਜ ਪੜਾਈ ਸੀਜ਼ਨ ਦੇ 2021-22 ਵਿੱਚ ਗੰਨੇ ਦੇ ਕਾਸ਼ਤਕਾਰਾਂ ਨੂੰ ਸਾਰੀਆਂ ਕੀਮਤਾਂ ਦੇ ਸਟੇਟ ਐਗਰੀਗੇਟਡ ਪ੍ਰਾਈਸ ਵਿੱਚ ਪ੍ਰਤੀ ਕੁਆਂਟਲ 15 ਰੁਪਏ ਦਾ ਜਿਹੜਾ ਵਾਅਦਾ ਕਰਨ ਦਾ ਐਲਾਨ ਕੀਤਾ ਹੈ ਪ੍ਰਵਾਨਗੀ ਦੇ ਦਿੱਤੀ ਇਸ ਫੈਸਲੇ ਨਾਲ ਗੰਨੇ ਦੇ ਭਾਅ ਵਿੱਚ ਹੋਏ ਵਾਦੇ ਮੁਤਾਬਕ ਅਗੇਤੀ ਕਿਸਮ ਦੀ ਕੀਮਤ 310 ਰੁਪਏ ਤੋਂ ਵਧ ਕੇ 325 ਰੁਪਏ ਦਰਮਿਆਨੀ 315 ਤੇ ਪਛੇਤੀ 295 ਤੋਂ ਵਧ ਕੇ 310 ਰੁਪਏ ਪ੍ਰਤੀ ਕੁਇੰਟਲ ਹੋ ਚੁੱਕੀ ਹੈ। ਸੁਮੇਤ ਸੈਣੀ ਦੀ ਗ੍ਰਿਫਤਾਰੀ ਕੋਰਟ ਨੇ ਕਿਹਾ ਗ੍ਰਿਫਤਾਰੀ ਤੋਂ 7 ਦਿਨ ਪਹਿਲਾਂ ਦੱਸਣਾ ਜ਼ਰੂਰੀ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੈਣੀ ਨੂੰ ਵੱਡੀ ਰਾਹ ਦਿੱਤੀ ਹੈ ਦੱਸਦੀ ਹੈ ਸੁਮੇਤ ਸੈਣੀ ਨੂੰ ਬੁੱਧਵਾਰ ਦੇਰ ਰਾਤ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਵਕੀਲਾਂ ਨੇ ਵੀਰਵਾਰ ਸਵੇਰੇ ਹਾਈ ਕੋਰਟ ਦੇ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਸਵੇਰੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਦਾ ਜਵਾਬ ਮੰਗਿਆ 3 ਵਜੇ ਸੁਣਵਾਈ ਦਾ ਸਮਾਂ ਤੈਅ ਕੀਤਾ ਸੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਵਿਜੀਲੈਂਸ ਨੂੰ ਫਟਕਾਰ ਲਾਈ ਆ ਕਿ ਗ੍ਰਿਫਤਾਰੀ ਤੋਂ 7 ਦਿਨ ਪਹਿਲਾਂ ਦੱਸਣਾ ਜ਼ਰੂਰੀ ਸੀ ਜਾਂਚ ਦੇ ਵਿੱਚ ਸ਼ਾਮਲ ਹੋਣ ਵਾਲੇ ਦੀ ਗ੍ਰਿਫਤਾਰੀ ਕਿਉਂ ਕੀਤੀ ਗਈ ਰਾਜਨਾਥ ਸਿੰਘ ਦਾ ਵੱਡਾ ਬਿਆਨ ਸਰਕਾਰ ਕਿਸਾਨਾਂ ਦੇ ਨਾਲ ਗੱਲ ਕਰਨ ਲਈ ਤਿਆਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਵਿਵਾਦਿਤ ਖੇਤੀਬਾੜੀ ਕਾਨੂੰਨਾਂ ਦਾ ਬਚਾਅ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕਾਨੂੰਨਾਂ 'ਚ ਕੋਈ ਧਾਰਾ ਉਹਨਾਂ ਦੇ ਹਿੱਤ ਦੇ ਵਿਰੁੱਧ ਹੈ ਤਾਂ ਇਹਨਾਂ ਨੂੰ ਪੂਰੀ ਤਰ੍ਹਾਂ ਸਮਝਣ ਤੇ ਜ਼ੋਰ ਦਿੰਦਿਆ ਰਾਜਨਾਥ ਸਿੰਘ ਨੇ ਕਿਹਾ ਕਿ ਵਿਰੁੱਧ ਵਾਲਾ ਮਾਹੌਲ ਬਣਾਇਆ ਜਾ ਰਿਹਾ ਅਤੇ ਕਿਸਾਨਾਂ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹਨ ਤੇ ਉੱਥੇ ਪੱਕੇ ਮੋਰਚੇ ਗੱਡੀ ਬੈਠੇ ਹਨ ਸਰਕਾਰੀ ਕਾਲਜਾਂ 'ਚੋਂ ਦਾਖਲੇ ਲਈ ਸਹਾਈ ਹੋਵੇਗਾ ਰਾਜ ਦਾਖਲਾ ਪੋਰਟਲ ਡਿਪਟੀ ਕਮਿਸ਼ਨਰ ਸਰਕਾਰੀ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਰਾਜ ਦਾਖਲਾ ਪੋਰਟਲ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋਵੇਗਾ ਇਹੇ ਪੋਰਟਲ ਦੇ ਨਾਲ ਵਿਦਿਆਰਥੀ ਸੂਬੇ ਭਰ ਦੇ ਕਿਸੇ ਵੀ ਕਾਲਜ ਲਈ ਆਨਲਾਈਨ ਅਪਲਾਈ ਕਰ ਸਕਣਗੇ ਜਿੱਥੇ ਉਹਨਾਂ ਦੇ ਸਮੇ ਦੇ ਨਾਲ-ਨਾਲ ਪੈਸੇ ਦੀ ਬਚਤ ਹੋਵੇਗੀ ਬਾਦੂਦੀ ਖੱਜਲ ਖਵਾਰੀ ਤੋਂ ਵੀ ਬਚ ਸਕਣਗੇ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਮਕੇ ਅਰਵਿੰਦ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਮਰਿੰਦਰ ਦੀ ਗਵਾਈ ਵਿੱਚ ਹੋਈ ਵਰਚੁਅਲ ਮੀਟਿੰਗ ਉਪਰੰਤ ਸਾਂਝੀ ਕੀਤੀ ਆਫਗਾਨਿਸਤਾਨ ਤੋਂ ਖਬਰਾਂ ਦੀ ਤਾਲਿਬਾਨ ਦੇ ਖਿਲਾਫ ਸੜਕਾਂ ਤੇ ਨਿਤਰੇ ਲੋਕ ਜਲਾਲਾਬਾਦ ਵਿੱਚ ਤਿੰਨ ਲੋਕਾਂ ਦੀ ਮੌਤ ਤਾਲਿਬਾਨ ਦੇ ਫੜੇ ਜਾਣ ਤੋਂ ਬਾਅਦ ਆਫਗਾਨਿਸਤਾਨ ਵਿੱਚ ਪਹਿਲੀ ਵਾਰ ਆਮ ਜਨਤਾ ਸੜਕਾਂ ਤੇ ਉਤਰੀ ਅਤੇ ਪ੍ਰਦਰਸ਼ਨ ਕੀਤਾ ਦੱਸਿਆ ਗਿਆ ਕਿ ਇਸ ਦੌਰਾਨ ਜਲਾਲਾਬਾਦ ਵਿੱਚ ਤਾਲਿਬਾਨ ਲੜਾਕਿਆਂ ਵੱਲੋਂ ਘੱਟ ਤੋਂ ਘੱਟ ਤਿੰਨ ਪ੍ਰਦਰਸ਼ਨਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਕਾ ਰਾਜस्तानी ਕਾਬੁਲ ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਚ ਪਹਿਲੀ ਵਾਰ ਤਾਲਿਬਾਨ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਇਆ ਹੈ ਇਹ ਦੌਰਾਨ ਆਮ ਨਾਗਰਿਕ ਕਈ ਸ਼ਹਿਰਾਂ ਦੀਆਂ ਸੜਕਾਂ ਤੇ ਪਾਕਿਸਤਾਨ ਦਾ ਝੰਡਾ ਲਹਿਰਾਉਂਦੇ ਹੋਏ ਨਾਰੇ ਲਗਾਤਾਰ ਲਾ ਰਹੇ ਹਨ ਰਾਸ਼ਟਰੀ ਖਾਣਜੋਗ ਤੇਲ ਮਿਸ਼ਨ ਪਾਮ ਆਇਲ ਨੂੰ ਮਿਲੀ ਮਨਜ਼ੂਰੀ ਤੂਮਰ ਬੋਲੇ ਕਿਸਾਨਾਂ ਨੂੰ ਪਹੁੰਚੇਗਾ ਫਾਇਦਾ ਸੋ ਫਿਰ ਕੇਂਦੀ ਖੇਤੀਬਾੜੀ ਮੰਤਰੀ ਜਿਹੜੇ ਕਿ ਕੇਂਦਰੀ ਨੇ ਨਰਿੰਦਰ ਸਿੰਘ ਤੂਮਰ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਹੁਲਾਰਾ ਦੇਣ ਦੇ ਲਈ ਚੁੱਕੇ ਗਏ ਬਹੁਤ ਸਾਰੇ ਉਪਾਵਾਂ ਦੇ ਨਾਲ ਦੇਸ਼ ਦੇ ਬਹੁ ਗਿਣਤੀ ਛੋਟੇ ਕਿਸਾਨਾਂ ਦੀ ਤਾਕਤ ਵਧੇਗੀ ਸਿਕਿਉਰਿਟੀ ਮਿਸ਼ਨ ਆਇਲ ਪਾਮ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਤੂਮਰ ਨੇ ਕਿਹਾ ਕਿ 11000 ਰੁਪਏ 11040 ਕਰੋੜ ਰੁਪਏ ਦੇ ਇਹ ਵਿਆਪਕ ਮਿਸ਼ਨ ਤੇਲ ਬੀਜ ਤੇ ਪਾਮ ਆਇਲ ਦੇ ਖੇਤਰ ਵਿੱਚ ਉਪਜ ਵਿਧਾਨ ਤੇ ਜ਼ੋਰ ਦੇਵੇਗੀ ਸਰਕਾਰ ਕੋਟਕਪੂਰਾ ਗੋਲੀकांड ਦੇ ਵਿੱਚ ਵੱਡੀ ਖਬਰ ਆਈ ਸਾਹਮਣੇ ਕੋਟਕਪੂਰਾ ਗੋਲੀकांड ਦੇ ਨਾਲ ਜੁੜੀ ਹੋਈ ਵੱਡੀ ਕਵਰ ਸਾਹਮਣੇ ਆਈ ਹੈ ਕਮਰ ਵਿਜੇ ਪ੍ਰਤਾਪ ਦੀ ਗਵਾਹੀ ਵਾਲੀ ਜਿਸ ਐਸਆਈਟੀ ਦੀ ਪੜਤਾਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕੀਤਾ ਸੀ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੰਦੇ ਆ ਸਪੈਸ਼ਲ ਲੀਵਿਡਿਸ਼ਨ ਦਾਖਲ ਕੀਤੀ ਹੈ ਕਤਲ ਤੋਂ ਪਹਿਲਾਂ ਗੈਂਗਸਟਰ ਕੁਲਵੀਰ ਨਰਵਾਣਾ ਤੇ ਗੋਲੀਆਂ ਚਲਾਉਣ ਵਾਲੇ ਪੰਜ ਗੈਂਗਸਟਰ ਗ੍ਰਿਫਤਾਰ ਸੋ ਜ਼ਿਲ੍ਹਾ ਪੁਲਿਸ ਬਠਿੰਡਾ ਨੇ ਗੈਂਗਸਟਰ ਕੁਲਵੀਰ ਨਰਵਾਣਾ ਤੇ 21 ਜੂਨ 2021 ਨੂੰ ਪਹਿਲਾ ਜਾਨਲੇਵਾ ਹਮਲਾ ਕਰਨ ਵਾਲੇ 7 ਵਿਅਕਤੀਆਂ 'ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਜਦਕਿ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਕਤ ਮੁਲਜ਼ਮਾ ਖਿਲਾਫ थाना ਕੈਨਾਲ ਵਿੱਚ ਪਹਿਲਾਂ ਵੀ ਮਾਮਲਾ ਦਰਜ ਹੈ ਜਦ ਕਿ ਪੁਲਿਸ ਨੇ ਉੱਤਰਾਖੰਡ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਪ੍ਰਮੁੱਖ ਗੈਂਗਸਟਰਾਂ ਦੇ ਨਾਹਾਲੀ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਬਠਿੰਡੇ ਲਿਆਂਦੇ ਸੀ ਗੁਰਮੀਤ ਰਾਮ ਰਹੀਮ ਤੇ ਮਿਹਰਬਾਨੀ ਐਮਜ਼ ਦਿੱਲੀ ਤੋਂ ਰੋਤਕ ਜਿਲ੍ਹੇ ਤੱਕ ਵਾਪਸੀ ਲਈ ਫੈਮਿਲੀ ਸਪੈਸ਼ਲ ਗੈਸਟ ਦੋ ਔਰਤਾਂ ਵੀ ਨਾਲ ਬੈਠੀਆਂ ਸਾਦਵੀਆਂ ਦੇ ਨਾਲ ਜਨਸੀ ਸ਼ੋਸ਼ਣ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੋਚਾ ਸੌਦਾ ਦੇ ਮੁਖੀ ਗਰਮੀਤ ਰਾਮ ਰਹੀਮ ਨੂੰ ਸਿਕਿਉਰਿਟੀ ਵਿੱਚ ਲੱਗੇ ਪੁਲਿਸ ਅਧਿਕਾਰੀ ਵਿਵਾਦਾਂ ਚ ਉਲਗ ਗਏ ਨੇ ਡੀਐਸਪੀ ਰੈਂਕ ਦੇ ਇੱਕ ਅਧਿਕਾਰੀ ਨੇ ਆਪਣੇ ਸਾਥੀਆਂ ਨੂੰ ਭਰੋਸੇ ਵਿੱਚ ਲੈ ਕੇ ਡੇਰੇ ਮੁਖੀ ਨੂੰ ਉਸ ਸਮੇਂ ਖੂਬ ਛੋੜ ਦਿੱਤੀ ਜਦੋਂ ਉਹ ਆਪਣੇ ਲਾਜ਼ਲੀ ਕੁਸ ਟੈਸਟ ਕਰਵਾਉਣ ਲਈ ਮਸਦਲੀ ਗਿਆ ਉੱਥੇ ਡੇਰਾ ਮੁਖੀ ਨੂੰ ਕੁਝ ਲੋਕ ਮਿਲੇ ਜਿਨ੍ਹਾਂ ਚ ਕੁਝ ਔਰਤਾਂ ਵੀ ਸ਼ਾਮਲ ਸਨ ਡੇਰਾ ਮੁਖੀ ਜਦੋਂ ਪੁਲਿਸ ਵਾਹਨ ਰਾਹੀਂ ਵਾਪਸ ਪਰਤ ਰਿਹਾ ਸੀ ਤਾਂ ਉਦੋਂ ਰਸਤੇ ਤੇ ਥਾਂ ਥਾਂ ਵਾਹਨ ਰੋਕੇ ਗਏ ਇੱਕ ਥਾਂ ਤੋਂ ਦੋ ਔਰਤਾਂ ਵੀ ਡੇਰਾਮੁਖੀ ਨਾਲ ਵਾਹਨ ਚ ਬਿਠਾਏ ਜਾਣ ਦੀ ਸੂਚਨਾ ਸਰਕਾਰ ਕੋਲੇ ਪੁੱਜੀਆ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚਟਾਲਾ ਡੇਰਾਮੁਖੀ ਦੀ ਸਿਕਿਉਰਿਟੀ ਲਈ ਵਰਤੀ ਗਈ ਲਾਪਰਵਾਹੀ ਤੋਂ ਨਾਰਾਜ਼ ਹਨ ਤੇ ਨਾਲ ਹੀ ਕਹਿੰਦੇ ਹਨ ਕਿ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਇੱਕ ਕੈਦੀ ਇੱਕ ਸਮਾਨ ਹੁੰਦਾ ਹੈ ਸੋ ਇਲਾਜ ਜਾਂ ਟੈਸਟ ਦੌਰਾਨ ਕਿਸੇ ਕੈਦੀ ਨੂੰ ਹੋਰ ਬਾਰੀ ਵਿਅਕਤੀ ਤੋਂ ਮਿਲਣ ਦੀ ਇਜਾਜ਼ਤ ਹੁੰਦੀ ਤਾਂ ਡੇਰਾਮੁਖੀ ਲਈ ਇਹ ਸੁਵਿਧਾ ਰਹੇਗੀ ਪਰ ਅਜੇ ਹੀਆਂ ਇਜਾਜ਼ਤਾਂ ਲਈ ਗਈ ਹੈ ਜਾਂ ਨਹੀਂ ਇਸ ਬਾਰੇ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਪਰਵੀਨ ਰੰਜਨ ਨੇ ਚੰਡੀਗੜ੍ਹ ਦੇ ਨਵੇਂ ਡੀਜੀਪੀ ਵੱਲੋਂ ਸੰਭਾਲਿਆ ਅਹੁਦਾ ਪਰਵੀਨ ਰੰਜਨ ਨੇ ਵੀਰਵਾਰ ਨੂੰ ਚੰਡੀਗੜ੍ਹ ਦੇ ਨਵੇਂ ਡੀਜੀਪੀ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪਰਵੀਨ ਰੰਜਨ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਜੋ ਪਿਛਲੇ ਐਤਵਾਰ ਨੂੰ ਦਿੱਲੀ ਤੋਂ ਰਿਲੀਵ ਹੋਏ ਸਨ ਆਈਪੀਐਸ ਪਰਵੀਨ ਰੰਜਨ ਦਿੱਲੀ ਪੁਲਿਸ ਵਿੱਚ ਵਿਸ਼ੇਸ਼ ਕਮਿਸ਼ਨਰ ਵਜੋਂ ਤਨਾਇਤ ਸਨ ਤੇ ਏਜੀਐਮ ਯੂਟੀ ਕੈਡਰ 1993 ਦੇ ਬੈਂਚ ਦੇ ਆਈਪੀਐਸ ਪਰਮਵੀਰ ਰੰਜਨ ਦਿੱਲੀ ਦੰਗਿਆਂ ਤੇ ਬਣੀ ਸੈੱਟ ਦੇ ਮੁਖੀ ਵੀ ਰਹੇ ਹਨ ਕਾਰਾਂ ਕੋਠੀਆਂ ਵਾਲੇ ਗਰਾਂਟਾ ਲੈ ਕੇ ਲੋੜਵੰਦ ਵਿਚਾਰੇ ਵੇਂਦੇ ਰਹਿ ਗਏ ਸੋ ਪੰਜਾਬ ਸਰਕਾਰ ਦੀ ਜਿਹੜੀ ਕਾਂਗਰਸ ਸਰਕਾਰ ਦੇ ਉੱਤੇ ਚੋਣਾਂ ਦੌਰਾਨ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਵਿੱਚ ਬੁਰੀ ਤਰ੍ਹਾਂ ਸਫਲ ਰਹੀ ਆ ਉੱਥੇ ਹੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਆਪਣੀਆਂ ਸਕੀਮਾਂ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਪ੍ਰਗਟਾਵਾ ਗਗਨਦੀਪ ਗਰੇਵਾਲ ਤੇ ਹਰਿੰਦਰ ਮਹਾਰਾਜ ਦੋਵੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵਾਲਿਆਂ ਨੇ ਕੀਤਾ ਉਹਨਾਂ ਨੇ ਕਿਹਾ ਜੀ ਕੋਠੀਆਂਕਾਰਾਂ ਵਾਲੇ ਗਰਾਂਟਾਂ ਲੈ ਗਏ ਤੇ ਆਮ ਲੋਕ ਵੇਂਦੇ ਰਹਿ ਗਏ ਧੰਨਵਾਦ